6 ਮਹੀਨੇ ਅੱਜ ਕੀ ਹੋ ਗਏ 12 14 ਬਾਲ ਹੁਣ ਤੇ ਉਹਨਾਂ ਦੇ ਮਾਵਾ ਲੈਦਾ ਲੈਦਾ ਮੇਰੀ ਇੱਕ ਵੀਡੀਓ ਬਲੈਕ ਲਿਸਟ ਤੇ ਲਗਾ ਦੀ ਇਹਨਾਂ ਨੇ ਅਸਲਾਮ ਅਲੈਕੁਮ ਵਾਲੇਕੁਮ ਕੀ ਹਾਲ ਹੈ ਠੀਕ ਹੈ ਹਰੀਆ ਸੇ ਅਲਹਮਦੁਲਿਲਾ ਹਰੀਆ ਸੇ ਪਹੁੰਚੇ ਬਿਲਕੁਲ ਆਮ ਖੈਰ ਟਿਕਟੋਕ ਕਬ ਸਟਾਰਟ ਕੀਤਾ ਇਹ ਤਕਰੀਬਨ 2 ਸਾਲ ਤੋਂ ਹੋ ਗਈ ਹੋ ਟਿਕਟੋਕ ਕਿਉਂ ਸਟਾਰਟ ਕੀਤਾ ਇਸ ਉਮਰ ਮੇ ਉਹ ਮੇਰੀ ਇਹ ਬਿਲਡਿੰਗ ਹੈ ਜਿੱਥੇ ਟਿਕਟੋਕ ਬਣਦੀ ਹੈ ਇੱਥੇ ਮੁੰਡੇ ਆ ਸਭ ਮੇਰੇ ਕੋਲ ਰੈਂਟ ਤੇ ਤੇ ਆ ਕੇ ਤੇ ਉੱਤੇ ਵੀਡੀਓ ਬਣਾਉਣ ਕਰਨ ਮੈਂ ਅਸਰ ਤੋਂ ਬਾਅਦ ਜਾਂਦਾ ਹਾਂ ਤੇ ਪਾਣੀ ਜਾਣੀ ਪੌਦਿਆਂ ਨੂੰ ਲਾਣਾ ਤੇ ਗੋਡੀ ਵੀ ਕਰਨੀ ਮੈਂ ਆਪਣਾ ਮੁੰਡਿਆਂ ਨੂੰ ਆਖਿਆ ਯਾਰ ਮੇਰੀ ਵੀ ਕੋਈ ਫੋਟੋ ਲੈ ਲਓ ਉਹ ਉਹਨਾਂ ਮਜ਼ਾਕ ਸਮਝਿਆ ਆਂਦੇ ਨੇ ਫਰਕ ਹੋ ਕੇ ਤੇ ਲੈਨੇ ਆ ਤੇ ਠੀਕ ਹੈ ਫਰਕ ਹੁਣ ਤੇ ਸਾਡੇ ਉਤਰ ਜਾਣ ਕਰ ਮੈਂ ਆਵਾਜ਼ ਮਾਰਨੀ ਆ ਮੁੰਡੇ ਉਹ ਗੱਲ ਤੇ ਸੁਣ ਹੋਰ ਦੇ ਦੋ ਜੀ ਐਸੇ ਤੋਂ ਲੈ ਉਠਾਏ ਸਾਡੇ ਉਤਰ ਜਾਣ 3-4 ਮਹੀਨੇ ਜੀ ਕੀਤਾ ਇੱਕ ਦਿਨ ਪਤਾ ਨਹੀਂ ਕੀ ਖਿਆਲ ਆ ਇਹ ਭਾਣੀ ਮੁੰਡਾ ਤੇ ਕਰ ਰਠੋਰ ਉਸਮਾਨ ਰਠੋਰ ਆਉਂਦੇ ਨੇ ਅੱਜ ਸਭ ਤੁਹਾਡੇ ਨਾਲ ਇੱਕ ਵੀਡੀਓ ਬਣਾਉਣੀ ਮੈਂ ਕਿਹਾ ਤੁਹਾਨੂੰ ਕਿੰਨੀਆਂ ਚਿਰਾਂ ਦਾ ਨਾਮ ਆਓ ਮੇਰੇ ਕੋਲ ਤੇ ਉਹਨਾਂ ਬਣਾਈ ਅੱਛਾ ਸਰ ਆਪਕੀ ਪਹਿਲੀ ਵੀਡੀਓ ਵਾਇਰਲ ਹੋ ਗਈ ਸੀ ਨਾ ਹਾਂ ਤੋ ਕਿਤਨਾ ਕਿਵੇਂ ਮਹਿਸੂਸ ਹੋਇਆ ਪਹਿਲੀ ਵੀਡੀਓ ਆਪਕੀ ਵਾਇਰਲ ਹੋ ਗਈ ਸੀ ਨਾ ਕਿਵੇਂ ਮਹਿਸੂਸ ਹੋਇਆ ਉਹ ਮੈਂ ਮੁਝੇ ਤੋਂ ਇਤਨਾ ਪਤਾ ਨਹੀਂ ਤਾ ਉਹ ਵਾਇਰਲ ਹੋ ਫਿਰ ਉਸਨੇ ਦੂਸਰੇ ਦਿਨ ਵੀ ਤੀਸਰੇ ਦਿਨ ਵੀ ਫਿਰ ਕਹਿਣ ਲੱਗੇ ਹੋਰ ਕਿਸੇ ਕੇ ਸਾਥ ਨਾ ਬਣਾਣਾ ਅੱਛਾ ਪਨੀ ਵੀਡੀਓਜ਼ ਆ ਬਣਾਤੇ ਪਨੀ ਵੀਡੀਓਜ਼ ਕਿ ਬਣਾਤੇ ਪਨੀ ਵੀਡੀਓ ਇਸ ਲਈ ਬਣਾਤੇ ਹੈ ਕਿ ਆਪਕੋ ਪਤਾ ਹੈ ਨਾ ਪਾਕਿਸਤਾਨ ਮੇ ਹਰ ਆਦਮੀ ਪਰੇਸ਼ਾਨ ਹੈ ਦੁਖੀ ਹੈ ਮਹਿੰਗਾਈ ਕੀ ਵਜ੍ਹਾ ਸੇ ਔਰ ਕਿਸੇ ਤੋ ਕਿਸੇ ਕੋ ਅਨਸਨਾ ਅਨਸਾਨਾ ਵੀ ਇੱਕ ਸਦਕਾ ਜਾਰੀ ਹੈ ਕਾਫੀ ਖੁਸ਼ੀ ਹੁੰਦੀ ਹੈ ਆਪਕੋ ਦੇਖ ਕੇ ਆਪਕੋ ਲੋਕ ਤੰਕੀਜ਼ ਤੋਂ ਨਹੀਂ ਕਰਦੇ ਕਿ ਆਪ ਇਸ ਉਮਰ ਮੇ ਵੀ ਇਹ ਕੰਮ ਕਰਦੇ ਉਹ ਮੇਰੇ ਨਾਲ ਮਨੂੰ ਨਾਦ ਖਾਨ ਜਿਹੜੇ ਨੇ ਨਾ ਨਾਦ ਖਾਨ ਉਹ ਵੀ ਆਪਣੀ ਮੈਂ ਬਣਾਉਂਦੇ ਕਰਦੇ ਬਣਾਤੇ ਹਾਂ ਕਿਉਂਕਿ ਆਵਾਮ ਲਿਆਉਂਦੇ ਆਵਾਮ ਹੁੰਦੀ ਹੈ ਮੌਲਵੀ ਵੀ ਮੇਰੇ ਨਾਲ ਪਿਆਰ ਕਰਦੇ ਨੇ ਵਿੱਚ ਐਸੇ ਅਨਾਸਰ ਹੁੰਦੇ ਨੇ ਜਿਹੜੇ ਕਿ ਮੇਰੀ ਇੱਕ ਵੀਡੀਓ ਬਲੈਕ ਲਿਸਟ ਤੇ ਲਗਾ ਦੀ ਇਹਨਾਂ ਤਨਵੀਮ ਵਾਲੋਂ ਨੇ ਅੱਛਾ ਆਪਕੀ ਖਵਾਹਿਸ਼ ਹੈ ਇਸ ਮਤਲਬ ਆਪਨੇ ਸਭ ਸਾਰੀ ਜ਼ਿੰਦਗੀ ਜੀ ਲਈ ਹੈ ਆਪਕੀ ਕੀ ਖਵਾਹਿਸ਼ ਹੈ ਖਵਾਹਿਸ਼ ਬਸ ਔਰ ਕੀ ਖਵਾਹਿਸ਼ ਹੋਣੀ ਚਾਹੀਦੀ ਹੈ ਅੱਲਾ ਨੇ ਹਰ ਕੰਮ ਮੇਰਾ ਕੀ ਹੈ ਅੱਲਾ ਤਾਲਾ ਦਾ ਫਜ਼ਲ ਹੈ ਕਰਮ ਹੈ ਬੱਚੇ ਵੀ ਹੈ ਸਭ ਸ਼ਾਦੀ ਜੁਦਾ ਹੈ ਅੱਲਾ ਨੇ ਦੌਲਤ ਵੀ ਦੀ ਹੈ ਪ੍ਰਾਪਰਟੀ ਵੀ ਦੀ ਹੈ ਅੱਲਾ ਨੇ ਆਪਣਾ ਘਰ ਵੀ ਦਿਖਾਇਆ 6 ਮਹੀਨੇ ਅੱਜ ਕੀ ਹੋ ਗਏ ਹਾਂ ਤੇ ਕੋਈ ਮਹਿਸੂਸ ਨਹੀਂ ਕਰ ਸਕਦਾ ਮੈਂ ਬਗੈਰ ਕਿਸੇ ਲੈਣ ਦੁਆਨ ਤੋਂ ਆਪਣੇ ਬਿਜ਼ਨਸ ਦਾ ਖੁਦ ਵੀਜ਼ਾ ਅਮਰੀਕਾ ਦਾ ਲਿਆ ਟਿਕਟੋਕ ਸੇ ਕਿਤਨੇ ਪੈਸੇ ਕਮਾਤੇ ਹੈ ਮੈਂ ਕੋਈ ਪੈਸਾ ਨਹੀਂ ਕਮਾਉਂਦਾ ਫ੍ਰੀ ਮੈਂ ਫ੍ਰੀ ਮੈਂ ਸਾਰੇ ਟਿਕਟੋਕਰ ਤੇ ਪੈਸੇ ਕਮਾਉਂਦੇ ਹੈ ਲੋਕ ਕਮਾਤੇ ਹੈ ਮੇਰੇ ਪਾਸ ਮੈਂ ਮੇਰਾ ਦੋਸਤ ਹੈ ਉਹ ਕਹਿੰਦਾ ਕਿ ਬੈਠੋ ਲਾਈਵ ਪੇ ਬੈਠੋ ਬਹੁਤ ਪੈਸਾ ਹੈ ਮੈਂ ਬੈਠਦਾ ਹੀ 6 ਮਾਹ ਹੋ ਗਏ ਸਾਲ ਤਕਰੀਬਨ ਉਹ ਮੈਨੂੰ ਕਹਿ ਰਿਹਾ ਅਬ ਚੁੱਪ